कान खाली दे जी जानू दरवे ओथे मेरी मजबूरी से देखो ना पर मैं मरी इस करो ना के ओथे खोल के जोश करना चाहो के करा नहीं जानू ये क्या हुआ ए मेरा ख्याल है वो खुसरा लीक हो गया है ना हां ओदे ओदे मोबाइल लग रहा है लो जान हां जी जी भर के नचो आराम मरी वेखना या तेरे फोली फाले कर नहीं मेरी लड़ाई हो सीधी मुंह चपेड़ मार ओदी मेरी लड़ाई हो कुछ चीज थले रखनी ओनी देर मैं नस जाना नहीं जान तू सिर ते हाथ रख गया तेरी भैण ए नहीं मैं कह सकता तंग सी इना प्यार खुली हो गई कमीज इन प्यार करना हां जे तू भी प्यार कर लग पे ड्रामे दे पास कौन वंडेगा जान मैं आज बड़ी खुश हां कि तू मेरी गल मान गया वे अच्छा जी हां मेनू ते इंज लगा से जिवे तू इस कुड़ी ना फसया हो ओ मैं फसया या कर बची है निकी जी हां ओदा प्यो मगर आया ही ओ मेनू कहया के गया के भेज मैं कह छुट्टियां दो तीन है ही इतनी अच्छा जी प्यार कर दे आपस में हां यार तेनू प्यार भी नहीं करना हाथ पाड़ कुड़ी दा तन तरीका दसिए इधर ए राजा इधर अंदर जान जान मैं तुम्ही से शादी करूंगा मैं तुम्ही से शादी करूंगा कुकट उठाने से पहले मैं तुम्हें एक बात बताना चाहता हूं मैं आपको बात बताना चाहता हूं बंदे ऐसी दो हां कमाएगी तू तो खावांगे असी की बदतमीजी है ओ नो तेरा क्यों कमर्शियल दे ने पकाना तू हंडियां हां ए कद्दू भी पकाना सी बस गया जान आज मेरा दिल करता कि मैं कुछ ना थे एसएस ना करा आपको इंग्लिश आती है ऑफ कोर्स अच्छा आई लव यू का मतलब क्या होता है मैं तुमसे प्यार करती हूं अपना मुंह देख के अपनी ख्वाहिशें में लगी मैं कहना अगर मुदास साहब भरजाई का एक तो गाना होना चाहिए सट लग गई जल्दी पहुंच ए नहीं पता लगी कि पहुंचो तुम दस दे मैं भरजाई लकी राणी च दाखिल करा बेगम वड्डी बोतल लै आओ मैं तेनू 1000 होर पा के देना तू अपनी निकी लाया बोतल
ਬਦਤਮੀਜ਼ੀ ਕਰ ਰਿਹਾ ਪਾਣ ਛੇਤੀ ਛੇਤੀ ਕਰਨਾ ਦਾ ਹਾਲ ਕਰਨਾ ਹੁਣ ਤੁਸੀਂ ਭਾਈ ਜੀ ਬੱਚੀ ਲਿਆਓ ਛਾਪਾ ਨਹੀਂ ਪੈਂਦਾ ਬੱਚੀ ਤੇਰੀ ਭੈਣ ਬੇਗਮ ਹੈ ਮੇਰੀ ਓ ਇਹ ਜੀ ਬੇਗਮ ਦੀ ਦੀ ਉਹ ਤੁਸੀਂ ਪਹਿਲਾਂ ਕਦ ਲਈ ਆਉਂਦੇ ਬੇਗਮ ਕਿੱਥੇ ਜੇ ਬੇਗਮ ਮੇਰੀ ਬਾਹਰ ਹੈ ਬਹੁਤ ਠੰਡ ਬੜੀ ਉਹਨੂੰ ਬੁਲਾ ਲੈ ਜਲਦੀ ਅੱਛਾ ਬੇਗਮ ਕੀ ਮਤਲਬ ਹੈਲੋ ਭਾਈ ਜੀ ਤੁਸੀਂ ਗਲਤ ਲੋ ਗਲਤ ਲੋਗ ਤੁਹਾਡੀ ਬੇਗਮ ਨੱਚ ਰਹੀ ਜੀ ਭੈਣ ਨਹੀਂ ਅਸੀਂ ਗਲਤ ਲੋ ਨਹੀਂ ਬੇਗਮ ਜਿੱਥੋਂ ਆਈ ਹੈ ਨਾ ਉਹ ਮਤਲਬ ਗਲਤ ਹੈ ਅੱਛਾ ਅੱਛਾ ਓਏ ਤੁਹਾਡੇ ਮਤਲਬ ਆਈ ਲੋ ਜੀ ਮੈਂ ਪਹਿਚਾਨ ਲਿਆ ਹੈ ਹੀਰਾ ਮੰਡੀ ਦੀ ਘਰੇਲੂ ਔਰਤ ਓਏ ਓਏ ਔਰ ਤੇਰੀ ਨਾਨੀ ਦੀ ਧੀ ਇੱਧਰ ਕਿਵੇਂ ਆਏ ਹੋ ਜੀ ਤੁਸੀਂ ਹੈਲੋ ਇਜ਼ੀ ਨਹੀਂ ਲੈਣਾ ਨਾ ਇਹ ਮੇਰਾ ਬਾਲੀ ਜੱਟੀ ਤੇ ਮੈਂ ਅੱਖ ਚੱਕ ਪਾ ਕੇ ਗੰਜਾ ਵੀ ਮਾਰ ਦੇਨੀ ਆ ਨਾ ਤਾਂ ਬਾਲੀ ਜੱਟੀ ਹਾਂ ਇਹ ਤਾਂ ਬਹੁਤ ਪੁਰਾਣੀ ਆਲਮ ਲੋਹਾਰ ਨਾਲ ਵੀ ਕੰਮ ਕਰਦੀ ਰਹੀ ਇਹ ਵੀ ਆਲਮ ਲੋਹਾਰ ਨਾਲ ਯਾਰ ਬਾਲੀ ਜੱਟੀ ਦੇ ਫੈਕਟਰ ਨਹੀਂ ਹੋਏ ਮੈਂ ਅੱਖ ਚੱਕ ਪਾ ਕੇ ਗੰਜਾ ਮਾਰ ਦੇਨੀ ਆ ਅੱਛਾ ਬੀਬੀ ਜੀ ਤੇ ਜਿਹਦੇ ਥੋੜੇ ਥੋੜੇ ਵਾਲ ਹੋਣ ਉਹਦੇ ਲਈ ਕੀ ਆਰਡਰ ਹੈ ਉਹ ਬਸ ਬੇਹੋਸ਼ ਹੁੰਦਾ ਹਾਂ ਦੰਦ ਤੇਰੇ ਸੁਭੀ ਨਾ ਦੰਦ ਲੱਗਦਾ ਖੂਨ ਪੀ ਕੇ ਆਈ ਅਸਲ ਅਸਲ ਲੈਂਦੀ ਨਾ ਮਹਿੰਗੀ ਤੇ ਨਹੀਂ ਲੱਗਣੀ ਦੰਦਾਂ ਤੇ ਲਈ ਰੇੜੀ ਤੋਂ 10 ਰੁਪਏ ਦੀ ਤੇ ਦੰਦਾਂ ਦੀ ਲੱਗਣੀ ਇਹਦਾ ਮਤਲਬ ਹੈ ਹੁਣ ਵੇਖੀ ਡਰਦੀ ਹੱਸੇਗੀ ਨਹੀਂ ਹੈਲੋ ਓਏ ਤੂੰ ਤਾਂ ਮੈਨੂੰ ਕਹਿਣਾ ਸਮਾਂ ਤੈਨੂੰ ਪੀਸੀ ਲੈ ਕੇ ਜਾਣਾ ਉਹ ਪੀਸੀ ਲੈ ਕੇ ਆਵਾਂ ਸੀ ਤੈਨੂੰ ਨਾ ਸਾਫ ਕਰ ਦੇ ਇਹ ਵੀ ਪੀਸੀ ਹੈ ਵੇਖੀ ਤੈਨੂੰ ਹੁਣ ਪੀਸੀ ਪੀਸੀ ਲੱਗੇਗਾ ਵੇਖੀ ਤੂੰ ਪੀਸੀ ਪੀਸੀ ਨੂੰ ਚੜ੍ਹਦੇ ਜਾ ਸਹੀ ਦੱਸ ਓਏ ਮੇਰਾ ਨਾਮ ਬਾਲੀ ਜੱਟੀ ਏ ਪਹਿਲੀ ਵਾਰੀ ਆਈ ਮਰੀ ਚ ਹਾਂ ਇਹਦੀ ਉਮਰ ਕਿੰਨੀ ਹੈ ਸੁਣੋ ਤੇਰੀ ਉਮਰ ਕਿੰਨੀ ਮੇਰੀ ਉਮਰ ਐਸੀ ਪੁੱਛ ਲਿਆ ਜੀ ਓਏ ਹੋਏ ਇਹ ਕਿਹੜਾ ਰਾਜ਼ ਹੁੰਦਾ ਉਹ ਹੀ ਪੁੱਛ ਲਿਆ ਜੀ ਮੇਰੀ ਉਮਰ ਦੱਸ ਦਵਾ ਹਾਂ ਦੱਸ ਦੱਸ ਮੇਰੀ ਉਮਰ 14 ਸਾਲ ਹੈ ਇਹ ਤੇ ਹੋ ਗਈ ਨਾ ਇੱਕ ਸਾਈਡ ਦੀ ਯਾਰ ਇੱਕ ਸਾਈਡ ਦੀ ਤੇਰੀ ਆ ਹੁੰਦੀ ਮੇਰੀ ਇੱਕ ਸਾਈਡ ਦੀ ਉਮਰ ਤੇਰੀ ਹੁੰਦੀ ਆ ਵੈਸੇ ਕਿੰਨੀ ਹੈ 14 ਸਾਲ ਤੇ ਮਰੀ ਆਉਂਦਿਆਂ ਹੋ ਗਏ ਮੇਰੀ ਗੱਲ ਸੁਣੋ ਵੈਸੇ ਮੈਂ ਹੱਡਾ ਪੈਰਾਂ ਦੀ ਫੁੱਲੀ ਆ ਮੇਰੀ ਉਮਰ 14 ਸਾਲ ਲੋ ਜੀ ਮੇਰੀ ਉਮਰ 14 ਸਾਲ ਤੋਂ ਨਹੀਂ ਲੰਘਦੀ ਇਹਨਾਂ ਦੇ ਭਾਵੇਂ ਮੁੰਡਾ 21 ਸਾਲ ਦਾ ਹੋਵੇ ਕਿੰਨੀ ਉਮਰ ਹੈ ਤੇਰੀ ਮੇਰੀ ਗੱਲ ਸੁਣ ਤੇਰੀ ਉਮਰ ਕਿੰਨੀ ਹੈ ਜੋ ਤੇਰੀ 14 ਸਾਲ ਮੈਂ ਤਾਂ ਫਿਰ ਰਾਤੀ ਜੰਮਿਆ ਸੁਬਾ ਝੰਡ ਲਵਾ ਕੇ ਇੱਧਰ ਨੂੰ ਆ ਗਿਆ ਅੱਛਾ ਜੀ 14 ਸਾਲ ਕੀ ਹੋ ਆਪ ਹਾਂ 15 ਸਾਲ ਦੇ ਦਾ ਮੁੰਡਾ ਤੇ 14 ਸਾਲ ਦੀ ਆਪ ਹੈ ਇਹ ਉਹਨੇ ਕਹਤਾ ਯਾਰ ਕੀ ਹੋ ਗਿਆ ਤੁਹਾਨੂੰ ਯਾਰ ਆਪ ਦੇ